ਹੁਣ ਰੇਲ ਹਾਸੇ ਇੱਕ ਆਮ ਗੱਲ ਹੋ ਗਈ ਹੈ। ਡੰਡੀ ਪਿਛਲੇ 2 ਮਹੀਨਿਆਂ ਵਿੱਚ ਸ਼ਾਇਦ ਹੀ ਕੋਈ ਹਫ਼ਤਾ ਬੀਤਿਆ ਹੋਵੇ ਜਦੋਂ ਕਿਤੇ ਕੋਈ ਵੱਡਾ ਰੇਲ ਹਾਦਸਾ ਨਾ ਹੋਇਆ ਹੋਵੇ। ਡੰਡੀ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਸਾਬਰਮਤੀ ਐਕਸਪ੍ਰੈਸ ਦੇ 22 ਡੱਬੇ ਪਟੜੀ ਤੋਂ ਉਤਰ ਗਏ। ਡੰਡੀ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡੰਡੀ ਹਾਦਸਾ ਕਾਨਪੁਰ ਨੇੜੇ ਰਾਤ ਕਰੀਬ 2:30 ਵਜੇ ਵਾਪਰਿਆ, ਜਦੋਂ ਕਾਰ 'ਚ ਸਵਾਰ ਜ਼ਿਆਦਾਤਰ ਲੋਕ ਸੁੱਤੇ ਹੋਏ ਸਨ। ਡੰਡੀ ਟ੍ਰੇਨ ਡਰਾਈਵਰ ਦਾ ਕਹਿਣਾ ਹੈ ਕਿ ਇੰਜਣ ਨੂੰ ਕੋਈ ਭਾਰੀ ਚੀਜ਼ ਵੱਜੀ ਅਤੇ ਜਦੋਂ ਤੱਕ ਉਸਨੇ ਟ੍ਰੇਨ ਨੂੰ ਰੋਕਿਆ ਉਦੋਂ ਤੱਕ ਡੱਬੇ ਪਟੜੀ ਤੋਂ ਉਤਰ ਚੁੱਕੇ ਸਨ। ਡੰਡੀ ਤਸਵੀਰਾਂ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੰਜਣ ਦੇ ਅੱਗੇ ਜਾਨਵਰਾਂ ਆਦਿ ਤੋਂ ਸੁਰੱਖਿਆ ਲਈ ਲਗਾਏ ਗਏ ਲੋਹੇ ਦੇ ਹਿੱਸੇ ਨੂੰ ਟੱਕਰ ਮਾਰ ਕੇ ਟੁੱਟ ਗਿਆ ਹੈ। ਡੰਡੀ ਇਹ ਸਮਝਣਾ ਮੁਸ਼ਕਿਲ ਹੈ ਕਿ ਇੰਨਾ ਭਾਰੀ ਪੱਥਰ ਰੇਲਵੇ ਪਟੜੀ ਤੇ ਕਿਵੇਂ ਆ ਗਿਆ। ਡੰਡੀ ਜੇਕਰ ਕੋਈ ਪਹਾੜੀ ਇਲਾਕਾ ਹੁੰਦਾ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਪੱਥਰ ਉੱਤੋਂ ਖਿਸਕ ਕੇ ਉੱਥੇ ਪਹੁੰਚ ਗਿਆ ਹੋਵੇਗਾ। ਡੰਡੀ ਖੈਰ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗੀ, ਪਰ ਅਸਲ ਸਵਾਲ ਇਹ ਬਣਿਆ ਹੋਇਆ ਹੈ ਕਿ ਯਾਤਰੀਆਂ ਨੂੰ ਰੇਲਵੇ ਸੁਰੱਖਿਆ ਦਾ ਭਰੋਸਾ ਕਦੋਂ ਮਿਲੇਗਾ। ਡੰਡੀ ਹੁਣ ਰੇਲ ਹਾਦਸੇ ਇੱਕ